ਲੈ ਕਿੰਨੇ ਸੋਹਣੇ ਪੋਚੇ ਲਾਉਣਾ ਤੂੰ ਤਾਂ ਹਨਾ ਲੈ ਭੋਰਾ ਨਹੀਂ ਦਾਗ ਛੱਡਦਾ ਐ ਕਰੀ ਆ ਬੋਰੀਆਂ ਇਹ ਚੱਕ ਕੇ ਵੀ ਪੋਚਾ ਲਾ ਦੀ ਦਬ ਦਬ ਕੇ ਮਾਰ ਦੇ ਸੋਹਣਾ ਸੋਹਣਾ ਮੈਨੂੰ ਵੀ ਪਤਾ ਮੈਂ ਰੋਜ਼ ਪੋਚੇ ਲਾਉਣਾ ਤੂੰ ਐ ਕਰਦੀ ਜਿਵੇਂ ਤੈਨੂੰ ਵੀ ਪਤਾ ਹੁੰਦਾ ਮੈਨੂੰ ਵੀ ਦਿੰਦੀਆਂ ਨੇ ਬੋਰੀਆਂ ਠੀਕ ਆ ਤੂੰ ਬਾਲੀ ਪ੍ਰਧਾਨਗੀ ਜੀ ਕਰਦੀ ਰਹਿੰਦੀ ਆ ਬਹਿ ਜਾ ਮੈਂ ਆਪੀ ਲਾ ਦੂੰ ਮੈਨੂੰ ਤੇਰੇ ਨਾਲ ਵਧੀਆ ਪੋਚੇ ਲਾਉਣੇ ਆਉਂਦੇ ਨੇ ਆਹੋ ਕਿਤੇ ਆ ਮਾਰੀ ਜਾਂਦੀ ਆ ਗੱਲਾਂ ਵੱਡੀਆਂ ਦੇਖ ਪਤਾ ਤਾਂ ਤੈਨੂੰ ਸਾਰਾ ਹੀ ਆ ਮੈਂ ਤਾਂ ਬਸ ਉਹੀ ਕਹਿਣ ਲੱਗੀ ਸੀਗੀ ਤੈਨੂੰ ਦੇਖ ਤੂੰ ਤਾਂ ਕਿੰਨਾ ਸੋਹਣਾ ਪੋਚਾ ਲਾਉਣਾ ਪਰਸੋਂ ਜਦੋਂ ਮੈਂ ਪੋਚਾ ਲਾਇਆ ਸੀ ਉਦੋਂ ਤਾਈ ਆਈ ਸੀ ਕਹਿੰਦੀ ਆ ਬੱਬਲ ਬੱਤਾ ਜਾਂ ਪੋਚਾ ਕਿਹਨੇ ਲਾਇਆ ਜਦੋਂ ਮੈਂ ਦੱਸਿਆ ਤਾਈ ਵੀ ਮੈਂ ਲਾਇਆ ਕਹਿੰਦੀ ਫੋਟ ਕਹਿੰਦੀ ਤਾਂ ਹੀ ਇੰਨਾ ਗੰਦਾ ਪੋਚਾ ਲੱਗਦਾ ਕਹਿੰਦੀ ਜੇ ਅਵਤਾਰ ਨੇ ਪੋਚਾ ਲਾਇਆ ਹੁੰਦਾ ਫਰਸ਼ ਚਮਕਦੀ ਵਿੱਚ ਭਾਵੇਂ ਮੂੰਹ ਦੇਖ ਲਈਏ ਸੱਚੀ ਤਾਈ ਐਂ ਕਹਿੰਦੀ ਸੀ ਵੀ ਤਾਰ ਪੋਚੇ ਵਾਲੇ ਸੋਹਣੇ ਹੋਰ ਹਾਂ ਕਹਿੰਦੀ ਸੀ ਕਹਿੰਦੀ ਭਾਵੇਂ ਵਿੱਚ ਮੂੰਹ ਦੇਖ ਲਈਏ ਫਰਸ਼ ਦੇ ਦੇਖ ਲੈ ਮੈਂ ਕਿੰਨੇ ਸੋਹਣੇ ਕੰਮ ਕਰਦਾ ਤੂੰ ਹੀ ਮੇਰੇ ਕੰਮ ਨੂੰ ਨਿੰਦਿਆ ਕੱਲੀ ਸਾਰੇ ਮੇਰੇ ਕੰਮ ਦੀ ਤਾਰੀਫ ਕਰਦੇ ਨੇ ਮੈਂ ਤਾਂ ਪੂਰਾ ਦਾਗ ਨਹੀਂ ਛੱਡਦਾ ਪੋਚੇ ਲਾਉਣ ਲੱਗਿਆ ਹੋਰ ਤੂੰ ਤਾਂ ਸਾਰੇ ਕੰਮ ਵਾਲਾ ਹੀ ਸੋਹਣੇ ਕਰਦਾ ਮੈਥੋਂ ਹੀ ਨਹੀਂ ਕੁਛ ਹੁੰਦਾ ਹਾਂ ਤੂੰ ਬਸ ਬੈਠਣ ਜੋਗੂ ਹੀ ਆ ਖਾਣ ਪੀਣ ਜੋਗੂ ਹੀ ਆ ਤੇਥੋਂ ਕੰਮ ਵੀ ਕੋਈ ਹੁੰਦਾਗਾ ਦੇਖ ਲੈ ਮੇਰੇ ਪੋਚੇ ਦੀਆਂ ਤਾਰੀਫਾਂ ਕਰਦੀ ਆ ਤਾਈ ਵੀ ਹੋਰ ਹਾਂ ਲਾ ਦੇ ਦਬਾ ਦਬ ਲਾ ਦੇ ਫਿਰ ਹੋਰ ਵੀ ਕੰਮ ਕਰਨੇ ਨੇ ਉਹ ਨੱਕ ਲਾਉਣਾ ਹਜੇ ਪੋਚਾ ਠੀਕ ਆ ਠੀਕ ਆ ਠੀਕ ਆ ਲਾਉਣਾ ਲਾਉਣਾ ਬੇ ਛੇਤੀ ਛੇਤੀ ਹੱਥ ਚ ਲਾ ਲਾ ਇੱਥੋਂ ਲੈ ਜਾ ਕਰ ਨਾਲ ਦੀ ਨਾਲ ਲੰਮੇ ਲੰਮੇ ਹੱਥਾਂ ਨਾਲ ਤੂੰ ਤਾਂ ਨਾ ਮੈਨੂੰ ਉਹੀ ਟੋਕੀ ਜਾਂਦੀ ਰਹਿੰਦੀ ਆ ਸਾਰਾ ਦਿਨ ਨਾਲੇ ਮੈਥੋਂ ਕੰਮ ਕਰਾਈ ਜਾਊ ਨਾਲੇ ਟੋਕਦੀ ਰਹਿੰਦੀ ਆ ਮੈਂ ਟੋਕਦੀ ਕਾਹਨੂੰ ਆ ਮੈਂ ਤਾਂ ਐਂ ਵੀ ਛੇ ਛੇਤੀ ਕੰਮ ਨਿਬੜ ਜੇ ਐਂ ਕਰਨਾ ਹੁਣ ਪੋਚੇ ਲਾ ਕੇ ਉਧਰ ਮੱਝਾਂ ਨੂੰ ਕੱਖ ਪਾ ਕੇ ਰੱਖਿਆ ਖੁੱਲਣੀਆਂ ਚ ਆਪਾਂ ਆਥਣੇ ਜੇ ਬੰਨ ਦੇਾਂਗੇ ਛੇਤੀ ਕੰਮ ਨਿਬੜ ਜੂਗਾ ਤੇ ਨਾਲੇ ਹੁਣ ਮੇਰਾ ਨਾ ਸਿਰ ਦੁਖੀ ਜਾਂਦਾ ਬੋਲ ਬੋਲ ਕੇ ਮੈਂ ਤਾਂ ਪੈਣੀ ਆ ਬਿੰਦ ਝੱਟ ਤੇ ਤੂੰ ਚਾਹ ਕਰਕੇ ਠਾਈ ਮੈਨੂੰ ਪਹਿਲਾਂ ਨਾ ਠਾਈ ਚਾਹ ਕਰ ਲੈ ਨਹੀਂ ਫਿਰ ਮੈਂ ਆਪੇ ਕਰੂੰ ਫੇਰ ਕਹਾਂਗਾ ਬੱਬਲ ਬੱਤੀ ਕਰਦੀ ਆ ਚਾਹ ਤਾਂ ਮੈਂ ਹੀ ਕਰੂੰਗਾ ਤੇਰੀ ਜਵਾਬ ਤਾਂ ਸਹੀ ਗੱਲ ਪਤੀਲਾ ਭਰ ਕੇ ਧਰ ਲੈਣੀ ਆ ਨਾ ਉਹਦਾ ਸਵਾਦ ਆਉਂਦਾ ਨਾ ਵਾਸਤਾ ਮੈਂ ਹੀ ਕਰੂੰ ਦੋ ਕੱਪ ਸੋ ਵਧੀਆ ਵਧੀਆ ਚਾਹ ਦੇ ਮੇਰੀ ਚਾਹ ਦੇਖੇ ਕਿੰਨੀ ਵਧੀਆ ਹੁੰਦੀ ਆ ਹੋਰ ਹਣਾ ਜਿਹੜਾ ਆਉਂਦਾਗਾ ਗਲਾਸ ਚਟਦਾ ਰਹਿ ਜਾਂਦਾ ਮੇਰੀ ਚਾਹ ਪੀ ਕੇ ਮੈਂ ਹੀ ਕਰੂੰ ਕੋਈ ਨਾ ਮੈਂ ਤੈਨੂੰ ਠਾ ਦੂੰ ਤੂੰ ਪੈ ਜਾ ਮੈਂ ਚਾਹ ਬਣਾ ਕੇ ਕੰਮ ਨੂੰ ਮੇੜ ਕੇ ਤੈਨੂੰ ਠਾਉ ਮੈਨੂੰ ਨਾ ਚਾਹ ਕਰਕੇ ਠਾਈ ਤੇ ਨਾ ਮੈਂ ਸੌ ਜਾ ਹੁਣ ਠੀਕ ਆ ਤੂੰ ਸੌ ਜਾ ਦਬਾ ਦਬਾ ਹੱਥ ਚਲਾ ਤੂੰ ਤਾਂ ਹੌਲੀ ਵਾਲਾ ਕਰਨਾ ਬੰਨਾ ਵਾਲ ਨਾ ਮਾਰਦਾ ਨਹੀਂ ਮੈਂ ਕਾਹਨੂੰ ਗੱਲਾਂ ਮਾਰਦਾ ਤੂੰ ਹੀ ਮੈਨੂੰ ਗੱਲ ਨਹੀਂ ਲਾ ਲੈਨੀ ਆ ਮੇਰਾ ਕੰਮ ਰੋਕ ਦਿੰਨੀ ਆ ਨਹੀਂ ਰੋਕ ਕਿਉਂ ਦੇਖਿਆ ਮੈਂ ਕਿੰਨੀ ਸਵਾਦ ਚਾਹ ਬਣਾਉਣਾ ਨਾਲੇ ਕਿੰਨੇ ਸੋਹਣੇ ਸੋਹਣੇ ਪੋਚੇ ਲਾਉਣਾ ਤਾਈ ਵੀ ਮੈਨੂੰ ਮੰਨ ਗਈ ਅੱਜ ਤਾਂ ਕਹਿੰਦੀ ਬਾਹਲੇ ਸੋਹਣੇ ਪੋਚੇ ਲਾਉਣਾ ਅਵਤਾਰ ਇੱਕ ਤਾਂ ਗਲਾਸ ਸਾਡੇ ਵਾਲੀ ਆ ਇਹਨੂੰ ਭੋਰਾ ਲੱਖਣ ਨੀ ਕਾਸੇ ਦਾ ਸਾਰਾ ਦਿਨ ਪਈ ਰਹਿੰਦੀ ਆ ਖਾਈ ਜਾਂਦੀ ਆ ਸੌ ਜਾਂਦੀ ਆ ਪੈ ਜਾਂਦੀ ਆ ਕੋਈ ਕੰਮ ਨੀ ਆਉਂਦਾ ਸਾਰੇ ਕੰਮ ਦੇਖ ਲਾ ਮੈਨੂੰ ਹੀ ਕਰਨੇ ਪੈਂਦੇ ਨੇ ਕਿੱਥੇ ਕਮਲੀ ਜੀ ਮੇਰੇ ਮੱਥੇ ਮੜਤੀ ਮੱਛਾਂ ਦਾ ਤੁਹਾਨੂੰ ਮੇਰੇ ਤਾਂ ਸਾਰਾ ਕੰਮ ਹਾਂ ਚਾਹ ਕਰ ਲਈਏ ਥੋੜੀ ਜੀ ਨਾਲੇ ਤਾਂ ਉਹ ਪੀ ਲੂਗੀ ਨਾਲੇ ਮੈਂ ਪੀ ਲੂ ਭਾਂਡੇ ਵੀ ਸਵੇਰ ਦੇ ਸਾਂ ਸਾਰੇ ਉਵੇਂ ਪੈਂਦੇ ਇਹ ਵੀ ਮੇਰੇ ਸਿਰ ਤੇ ਛੱਡ ਦਿੰਦੀ ਆ ਭੋਰਾ ਕੰਮ ਨੀ ਕਰਦੀ ਉਹਨੂੰ ਮਾਂਜਣੇ ਵੀ ਨੀ ਆਉਂਦੇ ਬੱਬਲ ਬੱਤੇ ਜੇ ਮਾਂਜ ਦਿੰਦੀ ਆ ਚੱਲ ਮੈਂ ਪਹਿਲਾਂ ਭਾਂਡੇ ਹੀ ਮਾਂਜ ਦਿੰਦਾ ਹੋਰ ਕੀ ਆ ਫਿਰ ਉਹ ਸੁੱਤੀ ਪਈ ਆ ਉਹਨੇ ਕਿਹਾ ਸੀ ਵੀ ਚਾਹ ਬਣਾ ਕੇ ਮੈਨੂੰ ਠਾਈ ਚੱਲ ਚਾਹ ਬਣਾ ਕੇ ਫੇਰ ਹੀ ਠਾਉ ਉਹਨੂੰ ਚੱਲ ਭਾਂਡੇ ਜੇ ਧੋ ਦਾ ਸਾਰੇ ਕੰਮ ਮੈਨੂੰ ਹੀ ਕਰਨੇ ਪੈਂਦੇ ਨੇ ਇਹਨੂੰ ਕੋਈ ਕੰਮ ਵੀ ਨਹੀਂ ਆਉਂਦਾ
चाह नू दो गिलास चाह दे मुक दे पूरी बढ़िया चाह बना अपना कल ताई भी कहती सी ना भी बाली सवाद चाह बना मेरे को कहती सी अज सवाद सवाद ही बनाऊंगा जी पूरी सारे काम देख लो मैनू ही करने पैंदे ने मैं एक गल तो भूल ही गया भांडे साबण नाल मांजने सी फिर वो कुछ वधिया नहीं मांजे पर इन्हें पानी गर्म होता मैं भांडे दुबारे साबण ला के मान देना फिर दाग जे नहीं रहेंगे है ना चल उठ ले चाह पी ला ਹੁੰਦੀ ਨੀ ਹਜੇ ਲੈ ਇਹਦੇ ਹੁੰਦੀ ਨੀ ਪੂਰੀ ਆਉਂਦੀ ਲੈ ਚਾਹ ਪੀ ਲਾ ਕਰ ਲੈ ਚਾਹ ਹਾਂ ਜਿਹੜਾ ਤੂੰ ਕਿਹਾ ਸੀ ਨਾ ਜਿੰਨਾ ਚਿਰ ਕੰਮ ਨਹੀਂ ਨਿਬੜਦੇ ਮੈਨੂੰ ਚਾਹ ਕਰਕੇ ਫੇਰ ਠਾਈ ਮੈਂ ਤੈਨੂੰ ਚਾਹ ਕਰਕੇ ਠਾਇਆ ਆ ਤਾਂ ਤੂੰ ਬਾਲਾ ਸਿਆਣਾ ਬਹਿ ਜਾ ਲੈ ਵੀ ਮੈਂ ਸਾਰੇ ਕੰਮ ਨੂੰ ਮੇਰੇ ਤੇ ਜਿੰਨੇ ਤੂੰ ਕਿਹਾ ਸੀ ਹੁਣ ਤੂੰ ਚਾਹ ਪੀ ਕੇ ਉੱਠ ਮੰਜਾ ਛੱਡ ਤੂੰ ਕੰਮ ਕਾਰ ਕਰ ਮੈਂ ਵੀ ਬਿੰਦ ਪੈ ਜਾ ਮੈਂ ਥੱਕ ਗਿਆ ਸਾਰਾ ਦਿਨ ਕੰਮ ਕਰਦਾ ਕਰਦਾ ਹੁਣ ਕਿਹੜਾ ਟਾਈਮ ਰਹਿ ਗਿਆ ਪੈਣ ਦਾ ਹੁਣ ਨਾ ਆਪਾਂ ਹੱਥਾਂ ਦਾ ਰੋਟੀ ਪਾਣੀ ਦਾ ਕਰ ਦੇਵਾਂਗੇ ਫਿਰ ਨਾ ਰੋਟੀ ਖਾ ਕੇ ਤੂੰ ਉਹੋ ਜਿਹਾ ਸੁਨੇਹਾ ਪੈ ਜੀ ਵੱਧ ਪੈ ਜੀ ਮੇਰੇ ਨਾਲੋਂ ਚੰਗਾ ਚੱਲ ਠੀਕ ਆ ਅੱਜ ਫਿਰ ਮੈਂ ਪਹਿਲਾਂ ਪਊ ਚੰਗਾ ਪੈ ਜੀ ਸੁਨੇਹਾ ਪੈ ਜੀ ਮੈਥੋਂ ਵੱਧ ਪੈ ਜੀ ਚੰਗਾ ਕਿੰਨੀ ਸਵਾਦ ਚਾਹ ਬਣਾਈ ਆ ਹੁਣ ਤਾਂ ਨਾ ਤੇਰੀ ਪੱਕੀ ਡਿਊਟੀ ਲਾਉਣੀ ਪਊਗੀ ਚਾਹ ਤੇ ਅੱਗੇ ਵੀ ਮੇਰੀ ਵੀ ਡਿਊਟੀ ਆ ਜਿੰਨ ਚ ਚਾਰ ਵਾਰੀ ਚਾਹ ਹੋਵੇ ਪੰਜ ਵਾਰੀ ਹੋਵੇ ਮੈਂ ਹੀ ਕਰਦਾ ਹੁਣਾ ਤੇ ਤਾਂ ਹੀ ਕਰਾਉਣੇ ਆ ਤੂੰ ਬਾਹਲੀ ਸਵਾਦ ਚਾਹ ਬਣਾਉਣਾ ਮੇਰੀ ਚਾਹ ਦੇ ਕਿੰਨੀ ਸਵਾਦ ਹੁੰਦੀ ਆ ਹਾਂ ਸਾਰੇ ਮੰਨਦੇ ਆ ਮੇਰੀ ਚਾਹ ਨੂੰ ਹੁਣ ਮੈਂ ਇਹਨੂੰ ਕੀ ਸਮਝਾਵਾਂ ਵੀ ਚਾਹ ਦਾ ਤਾਂ ਗੜਾਣਾ ਕਰੀ ਬੈਠਾਂਗਾ ਪਰ ਕੋਈ ਨਾ ਜੇ ਮੈਨੂੰ ਆਏ ਕਹਿ ਤਾਂ ਗੁੱਸਾ ਹੋ ਜਾਊਗਾ ਆਈ ਠੀਕ ਆ ਜੇ ਜੀ ਹੈਗੀ ਆ ਵਧੀਆ ਬਣੀ ਬਣਾਈ ਮਿਲਦੀ ਆ ਇੱਕ ਦੇਖ ਲੈ ਤੂੰ ਆ ਗੰਦੀ ਜੀ ਚਾਹ ਕਰ ਦਿੰਦੀ ਆ ਜਾਣ ਕੇ ਵੀ ਕੋਈ ਪੀਵੇ ਨਾ ਮੈਨੂੰ ਵੀ ਪਤਾ ਤੂੰ ਜਾਣ ਕੇ ਕਰਦੀ ਆ ਕਾਹਨੂੰ ਜਾਣ ਕੇ ਕਰਦੀ ਆ ਮੈਂ ਕਰ ਤਾਂ ਲਵਾਂ ਪਰ ਤੇਰੇ ਪਸੰਦ ਨਹੀਂ ਆਉਂਦੀ ਫਿਰ ਮੈਂ ਤਾਂ ਹੀ ਤੈਨੂੰ ਕਹਿ ਦਿੰਦੀ ਹੁੰਦੀ ਆ ਵੀ ਤੂੰ ਕਰ ਲਾ ਅੱਛਾ ਹੂੰ ਚੱਲ ਚਾਹ ਪੀ ਕੇ ਅੱਜ ਮੈਂ ਬਾਹਰ ਜਾਊਂ ਉੱਥੇ ਜਿੱਥੇ ਤਾਸ ਖੇਡਦੇ ਹੁੰਦੇ ਨੇ ਬੰਦੇ ਉੱਥੇ ਕੀ ਕਰੇਗਾ ਆਪਣੇ ਘਰੇ ਕੰਮ ਪਿਆ ਕਰਨ ਵਾਲੇ ਮੈਂ ਵੀ ਅੱਜ ਖੇਡੇ ਹੂੰ 10 ਮਿੰਟ ਉਹ ਗੱਲਾਂ ਕਰਦੇ ਨੇ ਸਾਰੇ ਹੱਸਦੇ ਨੇ ਵਧੀਆ ਵਧੀਆ ਗੱਲਾਂ ਕਰਦੇ ਨੇ ਉਹ ਵੀ ਉਹ ਤਾਂ ਚੱਲ ਗੱਲਾਂ ਕਰਦੇ ਨੇ ਪਰ ਉਹ ਤੇਰੇ ਤੋਂ ਵੱਡੀ ਉਮਰ ਦੇ ਸਿਆਣੇ ਬੰਦੇ ਨੇ ਜਦੋਂ ਤੇਰੀ ਉਮਰ ਦੇ ਸੀ ਸਾਰੇ ਕੰਮ ਕਰਦੇ ਹੁੰਦੇ ਸੀ ਹੁਣ ਉਹਨਾਂ ਦੇ ਗੋਡੇ ਗਿੱਟੇ ਦੁਖਦੇ ਫਿਰ ਉਹ ਵਿਚਾਰੇ ਬੈਠੇ ਗੱਲਾਂ ਮਾਰ ਕੇ ਹੱਸ ਖੇਡ ਲੈਂਦੇ ਨੇਗੇ ਜੋ ਤੂੰ ਉਹਨਾਂ ਦੀ ਉਮਰ ਦਾ ਹੋਗਾ ਵਗ ਜਾ ਕਰੇ ਤੈਨੂੰ ਨਾਲੇ ਪਤਾ ਜੇ ਹੁਣ ਤੂੰ ਬਾਹਰ ਜਾਏਗਾ ਬਾਹਲੇ ਲੋਕ ਇਹੋ ਜਿਹੇ ਨੇ ਜਿਹੜੇ ਭੋਲੇਪਣ ਦਾ ਫਾਇਦਾ ਠਾ ਕੇ ਅਗਲੇ ਨੂੰ ਕਿਸੇ ਨਸ਼ੇ ਤੇ ਲਾ ਦਿੰਦੇ ਵੀ ਆਹ ਲੈ ਲਾ ਖਾ ਲਾ ਪੀ ਲਾ ਦੋ ਚਾਰ ਦਿਨ ਖਵਾਉਂਦੇ ਨੇ ਫਿਰ ਅਗਲਾ ਨਸ਼ੇ ਚ ਲੱਗ ਜਾਂਦਾ ਫਿਰ ਉਹਨੂੰ ਆਪਦੇ ਘਰੋਂ ਪੈਸੇ ਲਾਉਣੇ ਪੈਂਦੇ ਨੇਗੇ ਤੇ ਲੋਕ ਗੰਦੀਆਂ ਹਰਕਤਾਂ ਸਿਖਾਉਂਦੇ ਨੇ ਗਲਤ ਰਸਤੇ ਪਾਉਂਦੇ ਨੇ ਨਸ਼ੇ ਕਰਾਉਂਦੇ ਨੇ ਬਾਹਰ ਜਾਣ ਚ ਫਾਇਦਾ ਨੀ ਬਾਬਿਆਂ ਦੀ ਤੂੰ ਉਮਰ ਦਾ ਨੀ ਹੋਇਆ ਜਿਨ੍ਹਾਂ ਦੇ ਵਿੱਚ ਬੈਠਣਾ ਜਾ ਕੇ ਚੱਲ ਠੀਕ ਆ ਫਿਰ ਨੀ ਮੈਂ ਜਾਂਦਾ ਜੇ ਉਹ ਗਲਤ ਗੱਲਾਂ ਸਿਖਾਉਂਦੇ ਨੇ ਨਾ ਗੰਦੇ ਕੰਮ ਕਰਦਾ ਕੁੱਟਦਾ ਫਿਰ ਤੂੰ ਵੀ ਮੈਨੂੰ ਕੁੱਟਣ ਲੱਗ ਜਾਏਗਾ ਆਪਾਂ ਨੀ ਲੜਦੇ ਆਪਾਂ ਨੀ ਲੜਦੇ ਹੈਗੇ ਤੇ ਹੁਣ ਨਾ ਫਿਰ ਐ ਕਰ ਆਪਣੇ ਨਾਲ ਤਾਂ ਕੱਪੜੇ ਧੋਣ ਵਾਲੇ ਪਏ ਆ ਹੈ ਨਹੀਂ ਤੇ ਮੈਂ ਧੋ ਲੈਂਦੀ ਫਿਰ ਤੂੰ ਕਹੇਗਾ ਕਾਲਰਾਂ ਤੋਂ ਮੈਲ ਨੀ ਲਾਹੀ ਇੱਥੇ ਸਾਬਣ ਰਹਿ ਗਈ ਇੱਥੇ ਆਏ ਰਹਿ ਗਈ ਜੇ ਤੂੰ ਜਾਣਾ ਤਾਂ ਵਗ ਜਾ ਮੈਂ ਆਪੇ ਧੋ ਲੂੰ ਫਿਰ ਹਾਂ ਹਾਂ ਮੈਂ ਤੂੰ ਕੱਪੜੇ ਤੂੰ ਤਾਂ ਸੱਚੀ ਗੰਦੇ ਜੇ ਧੋ ਦਿੰਨੀ ਆਗੀ ਦਾਗ ਛੱਡ ਦਿੰਨੀ ਆ ਮੈਨੂੰ ਨਹੀਂ ਵਧੀਆ ਲੱਗਦੇ ਉਹ ਮੈਂ ਆਪੇ ਧੋ ਦਿੰਨਾ ਚੱਲ ਠੀਕ ਆ ਫਿਰ ਹੁਣ ਸਬਜ਼ੀ ਮੈਂ ਕੱਟ ਦਿਆਂ ਫਿਰ ਆਏ ਨਾ ਕਹੇ ਵੀ ਮੋਟੀ ਬਰੀਕ ਜੀ ਕੱਟਤੀ ਆਏ ਜੀ ਨਹੀਂ ਕੱਟੀਗੀ ਉਹ ਮੈਂ ਚੱਲ ਮੈਂ ਕਰ ਦੂੰ ਕੋਈ ਨਾ ਤੂੰ ਕੱਪੜੇ ਧੋ ਲੈ ਫਿਰ ਠੀਕ ਆ
माड़ा मोटा दुकान ते भेज दिनी आं, कोई ना कोई लुटी ला दिंदा गा भी तू बारे नहीं आया अंदर रहना, तां ही इह कहिंदा बारे जाण नूं, पर बारे नहीं मैं जाण देना, मैनूं कोई होर उंगल ला के भेजू कोई। चाह कड़ा लंघदी आ इन्ना मिठा, कपड़े धोने भी कोई औखे ने, मिनट धोते सारे कपड़े, बस आ एक मेरा रह गया सूट, ठीक है लै पूरा बढ़िया निखर गया, ऊन कही जाती रही कपड़े धोने, कपड़े धोने पे सारा काम मैं तो मिनट तो मिनट ही नबेड़ देना। काम अपना निबड़ गया हूँ, इदू बाद बस मैं सन का काम निबेड़ के ना फिर अज आप छेती सौ, मैं होर अज मैंने कहा भी पहला पहला सौना अज सारे तो जे घरे हुंदा आ पत्ते पुत्ते चक के सिटे आउंदा बारे, मैनू करना पैना केड़े बेलियां दा गया दुकान ते होरा चीज लैनी हुंदी आ, सारा दिन लाहे आउंदा, हुण इहदा घरों निकलना बंद करना पऊ मैनू, पक्का किसे ना किसे ने खड़ा लिया होऊगा, हुण इहो जी लूती ला के भेजणगे घरे आ के बोलू, मसां समझाउणा पऊ, इक इह जगा जिहड़े कोई गल रटण लग जे तोते वांगू फिर रटी जांदा, हां आए आ आए आ आए आ, मसां पल्ले पाउणी पऊ गल, बस ये तो मैं हम घरों निकलना बंद ही करूं, दुकान दुकून तो मैं आप ही भग जा करूं, फिर होर की करा, लगदा आ गया आ लै तेरे गंडे, सारा दिन मैथों काम कराई जानी रहनी आ, तू मौज नाल बेली बैठी रहनी आ, सारा दिन मैनू कदे कपड़े धो दे कदे भांडे धो दे, आप ही कोई काम कर लिया कर। नहीं मैं मर जा, जेड़ी गलो मैं डरदी सी ओही सामने आ गई, पक्का किसी ने ना उंगल ला के भेजा भी तू काम करदा, ये बेली रहिंदी है, हुण इहनू पूरा पल्ले पाउणी पऊ, समझाउणा पऊ बिठा के। चल बेली नी आप तू किन्ने वधिया वधिया कपड़े पा के रखदी आ, मैनू आ सड़े जे पा दिंदी आ, मैं तैनूं कदे कहा भी तू सोहणे कपड़े ना पा, किन्ने सोहणे सोहणे अलमारी च पाए आ, आपे कढ के पाउणा, तू कहदे ना मैं काम च इहो जे पाउणा, ओरे तैनूं मैं समझावां गल, आ चक आ, आई नहीं सड़दे हुंदे खाण पीण वाली चीजां, रब गुस्से हो जांदा हुंदा, बैठ थे बैठ मेरे को, ना मैं तेनू कल की समझाया सी, की समझाया सी, मैं तेनू समझाया सी ना भी बाहर नहीं जाईदा हुंदा, जेड़े बाहर लोग फिरदे ने जां नशियां ते लाउंदे ने जां गलत गल्लां सिखाउंदे ने, ओही गल होगी ना तेनू सिखाता अपने विरुद्ध, अपने प्यार च लोग जान के नफरत पाउण नूं फिरदे, भी दोनों लड़न तू घर जाके लड़े, ओही काम करता ना तू अनुसार लड़न लग गया मेरे नाल। अच्छा होर हाँ तू मैनूं कल समझाया सी ना, ਹੋਰ ਤੂੰ ਸੱਚੀ ਕਹਿੰਦੀ ਸੀ, ਹੋਰ ਮੈਂ ਸੱਚੀ ਗੱਲ ਕਹਿੰਦੀ ਸੀ ਵੀ ਲੋਕ ਨਾ ਆਪਣੇ ਤੇ ਲੜਾਈ ਪਾਉਣਗੇ, ਤੂੰ ਲੋਕਾਂ ਦੀਆਂ ਗੱਲਾਂ ਨਾ ਸੁਣਿਆ ਕਰ, ਠੀਕ ਆ ਅੱਗੇ ਤੋਂ ਨਹੀਂ ਸੁਣਦਾ ਮੈਂ ਕਿਸੇ ਦੀ ਗੱਲ, ਦੇਖ ਲੈ ਲੋਕ ਦੇਖ ਦੇਖ ਲੰਘਦੇ ਆ ਵੀ ਤੂੰ ਲੜੀ ਜਾਂਦਾ ਮੇਰੇ ਨਾਲ। ਅੱਛਾ ਹੋਰ ਲੜਿਆ ਨਾ ਕਰ, ਨਾ ਕਿਸੇ ਦੀ ਗੱਲ ਮੰਨਿਆ ਕਰ, ਠੀਕ ਹੈ ਕੰਮ ਆਪਾਂ ਕਿਸੇ ਦਾ ਕਰਦੇ ਆ, ਮੱਝਾਂ ਕਿਹਦੀਆਂ ਨੇ ਦੱਸ, ਆਪਣੀਆਂ ਨੇ, ਝਾੜੂ ਪੋਚਾ ਵੀ ਆਪਣਾ, ਰੋਟੀ ਪਾਣੀ ਵੀ ਆਪਣਾ, ਆਪਾਂ ਹੀ ਬਣਾਉਣਾ ਆਪਾਂ ਹੀ ਖਾਣਾ, ਕਿਸੇ ਦਾ ਕੀ ਜਾਂਦਾ ਹੈ, ਜੇ ਤੂੰ ਨਹੀਂ ਕਰੇਗਾ ਹੋਰ, ਜੇ ਆਪਾਂ ਮੰਨ ਲਾ ਕੋਈ ਬੰਦਾ ਰੱਖਾਂਗੇ ਆਪਣੇ ਪੈਸੇ ਲੱਗਣਗੇ ਉਹ ਤੇ, ਹਾਂ ਹੈ ਨਾ, ਫਿਰ ਨਾਲੇ ਰਹੀ ਗੱਲ ਆ ਕੱਪੜਿਆਂ ਦੀ ਹੈ, ਕਿੱਡੀ ਸੋਹਣੀ ਸਵੈਟਰ ਆ ਦੇਖ, ਪਿਛਲੇ ਸਾਲ ਤਾਂ ਲਿਆਏ ਸੀਗੇ, ਹੁਣ ਮੇਰੀ ਕਹਿਣਾ ਪਜਾਮਾ ਵੀ ਨਵਾਂ, ਹੁਣ ਜੇ ਤੈਨੂੰ ਬੰਨਣਾ ਨਹੀਂ ਆਇਆ ਤਾਂ ਮੈਂ ਕੀ ਕਰਾਂ, ਆ ਦੇਖ ਜੀ ਸਲਾਈਆਂ ਕਿੱਧਰ ਨੂੰ ਜਾਂਦੀਆਂ ਨੇ, ਇਹਨੂੰ ਸਹੀ ਕਰਕੇ ਸੀਸੇ ਮੂਹਰੇ ਖੜ ਕੇ ਜਮਾਂ ਸਿੱਧੇ ਸਿੱਧੇ ਪਾਇਆ ਕਰ, ਤੇ ਨਾਲੇ ਇਹਦੇ ਨਾਲ ਦਾ ਕੁੜਤਾ ਪਾਉਣਾ ਸੀ ਉਹ ਕਿਉਂ ਨਹੀਂ ਪਾਇਆ, ਉਹ ਤਾਂ ਤੂੰ ਪਾਉਣਾ ਸੀ, ਗਲਤੀ ਤੇਰੀ ਆ, ਮੈਨੂੰ ਉਹੀ ਕਹਿੰਦਾ ਰਹਿਣਾ, ਚੱਲ ਅੱਗੇ ਤੋਂ ਨਹੀਂ ਕਹਿੰਦਾ ਤੈਨੂੰ, ਮੈਨੂੰ ਦਿਖਾ ਕੇ ਬਾਹਰ ਜਾਇਆ ਕਰ ਕੱਪੜੇ, ਚੰਗਾ ਠੀਕ ਹੈ, ਹਾਂ ਚੱਲ ਐ ਕਰ ਹੁਣ ਉੱਠ ਤੇ ਗੋਹਾ ਸਿੱਟਣ ਵਾਲਾ ਪਿਆ, ਮੈਂ ਆ ਕਰਿਆ ਵਾਂ ਤੇ ਆਪਾਂ ਫਿਰ ਗੋਹਾ ਸਿੱਟ, ਤੂੰ ਆ ਜਾ, ਤੂੰ ਆਪਾਂ ਦੋਵੇਂ ਚੱਲਾਂਗੇ ਉਧਰ, ਮੈਥੋਂ ਕੀ ਕਰਾਉਣਾ, ਚੱਲ ਤੂੰ ਚੱਲ ਪਰ ਬੱਠਲ ਬੁੱਠਲ ਕਹੀ ਨਾਲ ਤੇ ਮੈਂ ਆ ਜਾਨੀ ਆ।
ठीक है हाँ। आ जी जंगा आ जानी है चल तो कौन समझावे सिद्धर जिम्मे कोई लोग उंगलां ते लाउंदे उवे लग जांदा इह तां शुकर आ छेती गल मन गया अज तां अगे तां रट ही ला लैंदा सीगा अज तां शुकर आ छेती मन गया की करां इहो जिहे सिद्धर बंदे नाल तां बंदा कल्ला ही चंगा जवाकां नूं सारा दिन समझाउणा पैंदा मैनू नहीं लगता भी वह आऊगी मैनू जान के ना झूठ मार के भेजता भी तू चल मैं आनी आ ओनू ऐ भी उदू सिट लू चल अद्धा तो निबड़ी गया आ दो तीन बठल रह गए ये सिट लेना मैनू सिटना पऊगा मैनू पता वो नहीं आती हैगी गोहे तो लिबण तो डरती है चल मैं तो सब्जी कट्टन के बहाने बैठ जानी हाँ आपे उन्हें सिट लिया हो गोहा रहिंदा अद्धा क किधर भाग गया ना तो हुण आई है हुण सब्जी चक रही मैं गोहा सटा मेरे नाल मैं ना उधर झाड़ू पोचा कर कहीं जो कोई अपने अंदर बढ़ता बुरा लगता गा है ते जे हुण मैं चीर के धरूंगी नहीं तो पखावांगे की चल चार कपट्ठे रह गए वो चका दे मेरे नाल हुण देखो तू तो लिबड़िया होया मैनू भी लबेड़ देगा तू तो इन्ना तो सियाणा देखे तेन हुण पता नहीं गा भी मैं लिबड़ जूंगी चल ठीक है मैं आप ही छिट लेना हाँ सब्जी चीर मेरे गंदे हाथ हो जाने ठीक है चल बाला सियाना तुदा नाल किन्ना सोहना संभरिया मझां थले जम्मा ही सुक गया देखिया मैं तेरे सब्जी चीर तो पहला आपका सारा काम नबेड़ लिया आही बैठा रह गया एक क्यों रह गया मैं हुण इहनूं कौन समझावे भी कल्ला गोहा तां नहीं सिटना भी आ झाड़ू भी मारना ये भी हुण किसे ना किसे तरीके नाल वाऊंगे तो मेरी गल सुन कित्थों गोहा दा तां सिट लिया आ झाड़ू जा भी कढ दे चल ये भी मैं करां पर मैं आपे कर लूंगी नहीं करना तां चल मैं कर देना कोई ना कर दे फिर मेरा तो भी काम निबड़ गया वो तो हजे तक सब्जी नहीं कटी गई मैं सारा नबेड़ता पशुओं का काम ऐसा हो गया काम निबड़ गया तेरा काम हाँ लेकिन मैं तो ना सब्जी चीर दी ढूई दुखन लग गई मैं तो पैनी हाँ दस क मिंट तो ना भांडे पे से मांजने वाले मांज लेंगा चल मांज लू कोई ना वो बड़े बड़े पतीले है मैं तो चक्के नहीं आते गए कोई निखरते नहीं तू तो इन्ने सोहने चमका देगा ठीक है मांज भी कट्ठे करे पे आ चंगा मांज भांडे मांजी तो जाना आ देख मैं दो मिनट च मां दू नाले ना चमका दू मैं नाले गल सुना ऐदू बाद भांडे मांज के ना मैं खेत जाऊंगा ताए नाल किसे ताए चाचे नाल नहीं जाना बारे आपा समझ गया देख सतनाम नाल तो अगे जाना खेत आज भी सतनाम नाल ही जाई सतनाम दा तैनूं पता आपदे टाइम ते आउंदा हुंदा आपे ओह आजूगा जदों उदों बग जी उहदे नाल खेत नाले कोई साग सूग तोड़ लियायो तैनूं पता मैं सतनाम तों बिना किसे ते विश्वास नहीं करदी लोग तां लूतियां ला के घरे दे कलेश पवा दिंदे आ ओह तैनूं कोई चंगी गल नहीं सिखाऊगा ओहो हो ਆਏ ਹਾਏ ਲੈ ਕੋਈ ਦਿਖਦੇ ਨਹੀਂ ਇੱਥੇ ਤਾਂ ਉੱਧਰ ਗਏ ਸਾਰੇ ਦੇਖਦੇ ਉੱਧਰ ਜਾ ਕੇ ਜੇ ਹੋਣਗੇ ਲੈ ਆ ਪਈ ਆ ਲੰਮੀਆਂ ਤਾਣੀ ਮੁੰਡਾ ਪਤਾ ਨਹੀਂ ਕਿੱਥੇ ਹੋਊਗਾ ਨੀ ਲੋੜਾ ਆ ਗਿਆ ਮੁੰਡੇ ਤੋਂ ਭਾਂਡੇ ਮਜਾਈ ਜਾਨੀ ਆ ਆਰਾਮ ਨਾਲ ਪਈਆਂ ਮਾਂ ਸਤਿ ਸ਼੍ਰੀ ਅਕਾਲ ਸਸਰੀ ਗਾਲ ਦੀ ਲੱਗਦੀ ਤੈਨੂੰ ਹੋਰ ਕੰਮ ਨਹੀਂ ਹੈਗਾ ਸਾਰਾ ਦਿਨ ਮੇਰੇ ਭਾਂਜੇ ਦੇ ਕੰਮ ਕਰਾਉਂਦੀ ਰਹਿੰਦੀ ਆ ਕਾਹਨੂੰ ਮਾਸੀ ਅੱਗ ਲੱਗਣਾ ਨਾ ਕੱਲ ਪਰਸੋਂ ਦਾ ਗੋਡਾ ਹੀ ਬਲਾਈ ਦੁਖੀ ਜਾਂਦਾਗਾ ਅੱਗੇ ਸਾਰੇ ਕੰਮ ਮੈਂ ਹੀ ਕਰਦੀ ਆ ਚੁੱਲ੍ਹੇ ਚੌਂਕੇ ਤੋਂ ਕੱਪੜੇ ਕੁੱਪੜੇ ਦਾ ਪੋਚਿਆਂ ਦਾ ਮੈਂ ਹੀ ਕਰਦੀ ਆ ਤਾਂ ਗੱਲਾਂ ਮੱਝਾਂ ਦਾ ਹੀ ਕਰਦਾ ਨਹੀਂ ਨਹੀਂ ਮਾਸੀ ਇਹ ਝੂਠ ਮਾਰਦੀ ਆ ਸਾਰੇ ਕੰਮ ਮੈਥੋਂ ਕਰਾਉਂਦੀ ਆ ਭਾਂਡੇ ਵੀ ਮੈਥੋਂ ਮਜਾਉਂਦੀ ਆ ਕੱਪੜੇ ਦੀ ਵੀ ਮੈਥੋਂ ਧਵਾਉਂਦੀ ਆ
ਪਸ਼ੂਆਂ ਦਾ ਵੀ ਸਾਰਾ ਮੈਥੋਂ ਕਰਾਉਂਦੀ ਆ। ਮੈਂ ਹੀ ਕਰਦਾ, ਇਹ ਨਹੀਂ ਕੁਛ ਕਰਦੀ ਕੰਮ। ਆ ਦੇਖ ਲੈ ਮੁੰਡਾ ਝੂਠ ਬੋਲਦਾ, ਭੋਲਾ ਜ਼ਰੂਰ ਹੈ, ਝੂਠ ਨਹੀਂ ਬੋਲਦਾ ਭੋਰਾ ਵੀ। ਮੈਂ ਤੈਨੂੰ ਦੱਸਾਂ ਆਣੂ ਮਾਸੀ, ਤੂੰ ਹੀ ਕਹੀ ਜਾਂਦਾ ਗਾ ਮੈਂ ਪੈ ਗਈ। ਉਹਦੇ ਭਾਂਡੇ ਬੁਰੇ ਲੱਗਦੇ ਨੇ ਤੇ ਉੱਠ ਕੇ ਮਾਂਜਣ ਲੱਗ ਗਿਆ। ਇਹਦੇ ਜਿਵੇਂ ਮਰਜ਼ੀ ਕਹਾਰਾ ਉਹੀ ਕਹਿ ਦੂਗਾ। ਉਹੀ ਤਾਂ ਕੋਈ ਨੀ ਕਹਿੰਦਾ। ਕੁਲਦੀਪ ਮੇਰੀ ਗੱਲ ਸੁਣ, ਹੁਣ ਤੇਰੇ ਸਾਹਮਣੇ ਕਿਹਾ ਉਹਨੇ ਵੀ ਮੈਂ ਭਾਂਡੇ ਵੀ ਮਾਂਜਦਾ, ਕੱਪੜੇ ਵੀ ਧੋਣਾ, ਸਾਰਾ ਕੰਮ ਕਰਦਾ ਘਰੇ, ਤੂੰ ਵੀ ਮਾੜਾ ਮੋਟਾ ਕਰ ਲਿਆ ਕਰ। ਮੈਂ ਹੀ ਕਰਦੀ ਆ ਮਾਸੀ, ਇਹ ਕੋਈ ਬੰਦਿਆਂ ਦੇ ਕੰਮ ਕਰਨ ਵਾਲੇ ਨੇਗੇ। ਮੈਂ ਹੀ ਕਰਦੀ ਆ ਭਾਂਡੇ, ਸਿੱਕ ਮੈਂ ਮਾਂਜਦੀ ਆ, ਕੱਪੜੇ ਮੈਂ ਧੋਣੀ ਆ, ਪੋਚੇ ਮੈਂ ਮਾਰਦੀ ਆ। ਇਹ ਤਾਂ ਜਿਵੇਂ ਮਰਜ਼ੀ ਕਹਾੜਾ, ਮੈਂ ਤੈਨੂੰ ਪਹਿਲਾਂ ਕਹਿ ਕੇ ਰੱਖੀ ਆ। ਮਾਸੀ ਇਹ ਝੂਠ ਕਹਿੰਦੀ ਆ, ਇਹਨੂੰ ਨਾ ਤਾਂ ਕੱਪੜੇ ਧੋਣੇ ਆਉਂਦੇ ਆ, ਨਾ ਭਾਂਡੇ ਮਾਂਜਣੇ ਆਉਂਦੇ ਆ, ਕੱਪੜੇ ਚ ਏਡੀ ਏਡੀ ਮੈਲ ਛੱਡ ਦਿੰਦੀ ਆ। ਨਾਲੇ ਮੇਰੀ ਤਾਈ ਕਹਿੰਦੀ ਸੀ ਵੀ ਤੂੰ ਅਵਤਾਰ ਬਾਲੇ ਸੋਹਣੇ ਪੋਚੇ ਲਾਉਣਾ, ਵਿੱਚ ਦੀ ਚਾਹੇ ਮੂੰਹ ਦੇਖ ਲਾ ਉਹਦੇ। ਹਾਏ ਬੇ ਭੋਲਿਆ, ਇਹੀ ਗੱਲਾਂ ਲਾ ਲਾ ਕੇ ਤਾਂ ਤੈਨੂੰ ਇਹ ਕੰਮ ਕਰਾਉਂਦੀ ਰਹਿੰਦੀ ਹੈ ਵੀ ਇਹ ਤੋਂ ਕੰਮ ਕਰਾ ਲਾ ਬੜਿਆ ਕੇ। ਤੂੰ ਆ ਭੋਲਾ, ਇਹ ਆ ਚੁਸਤ ਚਲਾਕ। ਕਾਹਨੂੰ ਮਾਸੀ, ਇਹ ਤਾਂ ਤੂੰ ਇਹਦੀਆਂ ਗੱਲਾਂ ਚ ਨਾ। ਗੱਲਾਂ ਚ ਕਿਉਂ ਨਾ ਵਾ, ਹੁਣ ਮੈਨੂੰ ਇਹ ਦੱਸ ਨਹੀਂ ਰਿਹਾ ਸਹੀ। ਆਣੂ ਮਾਸੀ, ਇਹ ਤਾਂ ਜਿਵੇਂ ਇਹਨੂੰ ਕਿਸੇ ਨੇ ਕੋਈ ਕਹਿ ਦੇ ਤਾਂ ਉਵੇਂ ਹੀ ਕਹਿ ਦਿੰਦਾ, ਨਾ ਇਹਦੀਆਂ ਗੱਲਾਂ ਚ। ਹੁਣ ਤੇ ਕਹੂਗਾ ਮੈਂ ਰੋਟੀ ਟੁੱਕ ਵੀ ਮੈਂ ਬਣਾਉਣਾ, ਚਾਹ ਵੀ ਮੈਂ ਬਣਾਉਣਾ, ਫਿਰ ਤੂੰ ਇਹਦੀਆਂ ਗੱਲਾਂ ਮੰਨ ਲਏਗੀ। ਕੁਲਦੀਪ ਤੂੰ ਐ ਨਾ ਕਰਿਆ ਕਰ, ਮੈਂ ਤੈਨੂੰ ਦੱਸਾਂ ਜੇ ਮੇਰੀ ਭੈਣ ਜਿਉਂਦੀ ਹੁੰਦੀ ਉਹਦੇ ਤੇ ਕੀ ਬੀਤਦੀ। ਤੂੰ ਸਾਰਾ ਦਿਨ ਇਹਦਾ ਮੁੰਡੇ ਦਾ ਕੰਮ ਕਰਾਉਂਦੀ ਰਹਿਨੀ ਆ, ਇੰਨਾ ਤਾਂ ਸੋਚ ਜੇ ਭੋਲਾ ਇਹ। ਛੱਡ ਮਾਸੀ ਇਹਨਾਂ ਗੱਲਾਂ ਨੂੰ, ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ। ਮਾਸੀ ਮੈਂ ਬਣਾ ਕੇ ਲਿਆਉਣਾ ਪੂਰੀ ਸਵਾਦ ਸਵਾਦ ਚਾਹ। ਚੰਗਾ ਹੁਣ ਇਹ ਬਣਾ ਲਿਓ ਜਾਂਦਾ। ਦੇਖ ਲੈ ਮਾਸੀ, ਫਿਰ ਤੂੰ ਮੈਨੂੰ ਕਹਿਣੀ ਆ ਨਾ। ਹੁਣ ਮੈਂ ਇਹਨੂੰ ਚਾਹ ਨੂੰ ਕਿਹਾ, ਤੇਰੇ ਸਾਹਮਣੇ ਕਿਹਾ, ਉਹ ਗਿਆ ਪਾੜਵਾਈ ਚ, ਫਿਰ ਤੂੰ ਮੈਨੂੰ ਕਹਿਨੀ ਆ। ਮੇਰੀ ਗੱਲ ਸੁਣ ਕੁਲਦੀਪ, ਜੇ ਇਹ ਘਰੇ ਕੰਮ ਕਰਦਾ ਤਾਂ ਫੱਟ ਦੇਣਾ ਉੱਠ ਕੇ ਗਿਆ, ਜੇ ਤੂੰ ਕੰਮ ਕਰਦੀ ਹੁੰਦੀ ਇਹ ਕਾਹਨੂੰ ਜਾਂਦਾ ਕਰਨ ਚਾਹ। ਤੂੰ ਵੀ ਸੋਚਿਆ ਕਰ ਮਾੜੀ ਮੋਟੀ, ਐ ਨੀ ਹੁੰਦਾ ਹੈਗਾ ਘਰ ਚ, ਫਿਰ ਵੀ ਬੰਦਾ ਤੇਰਾ ਮੈਂ ਤੈਨੂੰ ਦੱਸਾਂ ਇੰਨਾ ਨੀ ਦੁਖੀ ਕਰਦੇ ਹੁੰਦੇ, ਜੇ ਇੰਨਾ ਭੋਲਾ ਬੰਦਾ ਦੁਖੀ ਨੀ ਕਰਨਾ ਚਾਹੀਦਾ। ਕੁਲਦੀਪ ਤੇਰਾ ਬੰਦਾ ਉਹ, ਇੰਨਾ ਕੰਮ ਤਾਂ ਨੌਕਰਾਂ ਤੋਂ ਵੀ ਨੀ ਕਰਾਉਂਦਾ ਜਿੰਨਾ ਤੂੰ ਉਹ ਤੋਂ ਕੰਮ ਕਰਾਉਣੀ ਆ। ਦੇਖ ਮਾਸੀ ਤੇਰੀ ਗੱਲ ਮੈਂ ਮੰਨਦੀ ਆ, ਫਿਰ ਇਹ ਨੂੰ ਘਰੇ ਪਸ਼ੂਆਂ ਦਾ ਕਰ ਲੂ, ਮੁੜ ਕੇ ਵਿਹਲੇ ਟਾਈਮ ਬਾਹਰੇ ਨਿਕਲੂਗਾ। ਹੈਂ ਬਾਹਰੇ ਤੈਨੂੰ ਪਤਾ ਲੋਕ ਲੂਤੀਆਂ ਲਾਉਂਦੇ ਨੇ, ਪੁੱਠੀਆਂ ਸਿੱਧੀਆਂ ਨੂੰ ਗੱਲਾਂ ਸਿਖਾਉਂਦੇ ਨੇਗੇ, ਕੋਈ ਨਸ਼ੇ ਪੱਤੇ ਤੇ ਲਾ ਦੂ, ਹੋਰ ਤਾਂ ਹੋਰ ਇਹੋ ਜਿਹੀ ਦੁਨੀਆਂ ਪਈ ਆ ਵਿੱਚ ਜਿਹੜੀਆਂ ਇਹੀਆਂ ਗੰਦੀਆਂ ਹਰਕਤਾਂ ਸਿਖਾਉਂਦੇ ਨੇ। ਜੇ ਕਿਸੇ ਦੀ ਧੀ ਭੈਣ ਨੂੰ ਇਹਨੇ ਮੰਗਰ ਲੱਗ ਕੇ ਛੇੜ ਤਾਂ ਨਾਲ ਤਾਂ ਆਪ ਛਿੱਤਰ ਖਾ ਕੇ ਆਊ, ਨਾਲੇ ਮੇਰਾ ਝਾਟਾ ਪਟਾਊ ਕਿਸੇ ਤੋਂ। ਇਹਦਾ ਤੈਨੂੰ ਪਤਾ ਨਾ ਵੀ ਕਿਹੋ ਜਿਹਾ ਸੁਭਾਅ ਆ, ਜਿਵੇਂ ਕਹਿਦੇ ਉਵੇਂ ਲੱਗ ਜਾਂਦਾ। ਇਹ ਤਾਂ ਮੈਂ ਤੇਰੀ ਕੁਲਦੀਪ ਗੱਲ ਮੰਨਦੀ ਆ, ਠੀਕ ਹੈ ਜਿਹੜੀ ਤੂੰ ਕਹਿਣੀ ਆ ਵੀ ਅੱਜ ਕੱਲ ਤਾਂ ਲੋਕ ਪੜ੍ਹੇ ਲਿਖੇ ਬੰਦਿਆਂ ਨੂੰ ਵੀ ਨਸ਼ਿਆਂ ਤੇ ਲਾ ਦਿੰਦੇ ਨੇ, ਇਹ ਤਾਂ ਫਿਰ ਵੀ ਭੋਲਾ। ਜੇ ਹੁਣ ਬਾਹਰ ਤੋਂ ਰੋਕਦੀਆਂ ਤੂੰ ਚੰਗੀ ਗੱਲੋਂ ਹੀ ਰੋਕਦੀਆਂ, ਅੱਜ ਕੱਲ ਤਾਂ ਜਵਾਨਾ ਬਾਹਲਾ ਖਤਰਨਾਕ ਹੈ। ਮੈਂ ਤੈਨੂੰ ਦੱਸਾਂ, ਹੋਰ ਮਾਸੀ ਹੁਣ ਤੈਨੂੰ ਦੱਸੀ ਤਾਂ ਜਾਂਦੀ ਆ, ਹੁਣ ਲੋਕਾਂ ਦੀ ਲਾ ਲਾ, ਪੜ੍ਹੇ ਲਿਖੇ ਜਵਾਕ ਨੇ ਜਿਹੜੇ ਕਾਲਜਾਂ ਚ ਪੜ੍ਹਦੇ ਨੇ, ਹੈ ਤੇ ਦੇਖ ਉਹ ਘਰੋਂ ਤਾਂ ਨੀ ਸਿੱਖ ਕੇ ਜਾਂਦੇ ਟੀਕੇ ਟੱਲੇ ਲਾਉਣੇ, ਆ ਜਿਹੜਾ ਚਿੱਟਾ ਚੁੱਟਾ ਚੱਲਿਆ ਉਹ ਬਾਹਰੋਂ ਇੱਕ ਦੂਜੇ ਨੂੰ ਦੇਖ ਕੇ ਲਾਈ ਲੱਗ ਕਰਕੇ ਕੰਮ ਚੱਲਦਾ, ਹੈਂ ਜ਼ਿੰਦਗੀਆਂ ਬਰਬਾਦ ਕਰੀ ਜਾਂਦੇ ਨੇਗੇ। ਤੇ ਇਹ ਤਾਂ ਭੋਲਾ, ਇਹਨੂੰ ਦੋ ਦਿਨ ਕੋਈ ਗੋਲੀਆਂ ਹੀ ਖਵਾ ਦੇਣਗੇ, ਤੀਜੇ ਦਿਨ ਘਰੇ ਪੈ ਜੂ, ਫਿਰ ਮੈਂ ਲਿਆ ਲਿਆ ਦਿਆ ਕਰੂੰ ਇਹਨੂੰ। ਇਹ ਤਾਂ ਗੱਲ ਸਹੀ ਹੈ ਪੁੱਤ ਤੇਰੀ। ਹਾਂ ਫਿਰ ਮੈਂ ਤਾਂ ਹੀ ਇਹਨੂੰ ਘਰ ਦੇ ਕੰਮਾਂ ਦੇ ਲਾਲਚ ਚਲਾਈ ਰੱਖਦੀ ਆ ਵੀ ਇਹ ਬਾਹਰ ਦਾ ਧਿਆਨ ਨਾ ਜਾਵੇ ਇਹਨੂੰ। ਉਹ ਤਾਂ ਗੱਲ ਮੈਂ ਪੁੱਤ ਤੇਰੀ ਮੰਨਦੀ ਆ, ਤੂੰ ਹੋਰ ਕੰਮ ਲਾ ਦੇ ਇਹਨੂੰ, ਦੋ ਚਾਰ ਡੰਗਰ ਲੈ ਕੇ ਦੇ ਦੇ, ਉਹ ਕੱਖ ਕੰਡਾ ਪਾ ਦਿਆ ਕਰੂਗਾ, ਤੁਹਾਡਾ ਉਹੀ ਆ, ਤੁਹਾਡੀ ਆਮਦਨ ਵੱਧ ਜੂਗੀ, ਦੁੱਧ ਪਾਣੀ ਪਾਓਗੇ, ਚਾਰ ਪੈਸੇ ਆਉਣਗੇ। ਇਹੀ ਜੇ ਕੰਮ ਤੇ ਲਾ ਦੇ ਪੁੱਤ, ਐ ਥੋੜਾ ਹੁੰਦਾ ਵੀ ਆਹੀ ਘਰ ਦੇ ਕੰਮ ਕਰਨੇ ਹੁੰਦੇ ਨੇ ਬੰਦੇ ਨੇ। ਇਹ ਤਾਂ ਗੱਲ ਤੇਰੀ ਮਾਸੀ ਮੈਂ ਮੰਨਦੀ ਆ, ਕਿਤੇ ਤਾਂ ਮਾਸੀ ਮੈਥੋਂ ਵੀ ਗਲਤੀ ਹੋਈ ਆ, ਮੈਨੂੰ ਵੀ ਇਹ ਸੋਚਣਾ ਚਾਹੀਦਾ ਸੀ, ਪਰ ਜਦੋਂ ਮਾਸੀ ਇਹ ਕੰਮ ਕਰਨ ਲੱਗ ਗਿਆ ਮੇਰੇ ਕਹਿਣੇ ਚ, ਮਾਸੀ ਮੈਨੂੰ ਪੈ ਗਿਆ ਸੁੱਖ ਵਿਹਲੀ ਰਹਿਣ ਦਾ। ਤੈਨੂੰ ਤਾਂ ਆਪੀ ਸੁੱਖ ਪੈ ਗਿਆ, ਕਰਿਆ ਕਰਾਇਆ ਕੰਮ ਮਿਲਦਾ, ਫਿਰ ਤੂੰ ਕਿਉਂ ਕਰੇਗੀ। ਤੂੰ ਸੋਚਣਾ ਚਾਹੀਦਾ ਵੀ ਹੁਣ ਮੁੰਡੇ ਨੂੰ ਨੌਕਰ ਬਣਾ ਕੇ ਤਾਂ ਰੱਖਿਆ ਨੀ ਜਾਂਦਾ ਹੈਗਾ, ਇਹ ਵੀ ਸੋਚ ਵੀ ਤੇਰੇ ਬੰਦਾ ਤੇਰਾ। ਐ ਨਾ ਕਰਿਆ ਕਰ ਪੁੱਤ, ਤੂੰ ਸਿਆਣੀ ਆ, ਜੇ ਤੇਰੀ ਭਰਜਾਈ ਤੇਰੇ ਭਾਈ ਤੋਂ ਕੰਮ ਕਰਾਵੇ ਫਿਰ ਤੇਰੇ ਤੇ ਕੀ ਬੀਤੇ, ਪਹਿਲਾਂ ਸੋਚ ਕੇ ਦੇਖ। ਜੇ ਤੇਰਾ ਭਾਈ ਆ ਰੋਲਿਆ ਖੋਲਿਆ ਫਿਰੇ, ਤੈਨੂੰ ਵੀ ਦੁੱਖ ਹੋਊਗਾ ਨਾ। ਸਾਨੂੰ ਹੁਣ ਦੁੱਖ ਆ ਸਾਡੇ ਭਾਂਜੇ ਦਾ, ਬੰਦੇ ਵਾਲੇ ਦਾ ਕੰਮ ਬੰਦਿਆਂ ਨੂੰ ਸੋਹਦੇ ਹੁੰਦੇ ਨੇ, ਆ ਤੀਵੀਆਂ ਵਾਲੇ ਕੰਮ ਨੀ ਬੰਦਿਆਂ ਨੂੰ ਸੋਹਦੇ ਹੁੰਦੇ। ਜੇ ਇਹ ਅਕਲ ਵਾਲਾ ਹੋਵੇ ਤੇ ਤੂੰ ਡਾਂਗ ਦੇ ਕੰਮ ਕਰਾਵੇ, ਮੈਂ ਤੈਨੂੰ ਦੱਸਾਂ ਫਿਰ ਤੇਰੇ ਤੇ ਕੀ ਬੀਤੇ। ਜੇ ਭੋਲਾ ਹੈ ਤਾਂ ਹੀ ਇਹ ਚੁੱਪ ਕਰਕੇ ਫਿਰਦਾ ਰਹਿੰਦਾ।
हाँ मासी मेथों तो ना बहुत बड़ी गलती होगी। मासी जेड़ा हुण तो पहला तो हो गया मैनू कर दे माफ। अगे तो मैं तो चुल्हे का या भांडे कपड़े का पोचे का कोई काम नहीं करवाउंदी, तैनू शिकायत नहीं आउंदी मुड़ के। मैं पशुआं का भी जिन्ना होगा मैं इहदे नाल कराया करू, समझ गई? ठीक है पुत, जे सियाणी बन के रहेगी तुहाडे दोए जीआं दा सोखा रहूगा, घर बसदा रह जूगा। मासी लो चाह पी के देखी मेरी चाह किन्नी स्वाद आ। पिछे दी नी चाह फड़ाउंदे हुंदे, मूर दी आके फड़ाउंदे हुंदे आ। ले फड़ा गिलास हुण मूर दी फड़ा देना। बस रहन दे, तू आ जा बह जा इधर, देख ला मासी किन्ना भोला गा, फिर तू मैनू कहनी आ। मेरी गल सुन भोले पुत, अज तो ता पहला जिहड़ा कुछ हो गया ठीक है, हुण तू आपदियां मज्जां दा ध्यान रखी ते डंगरां कंडा पाउणा सारा काम तेरा ठीक है, बाकी सारा काम करूगी इह, तू नहीं किसे काम नूं हत्थ लाउणा। मासी इहनूं मज्जां होर लै के दे, कपड़े नहीं धोणे हुंदे मासी, आप ही सीख जू पुत हौली हौली, नहीं आउंदे धोणे। ठीक है मासी जिवें तू कहनी आ। हां तू नहीं मैनूं दस दिया करी, जे किते मैल रहूगी जां भांड्यां च कोई दाग रहू जां पोचे च कमी, तू मैनूं बैठ के जिवें मैं तैनूं दस्सदी तू मैनूं आए दस्सिया करी हुण। ठीक है चंगा, पर बारे नहीं मैं मासी जान दिंदी इहनूं, इहनूं कदे बारे ना जावे। ना मैं समझाता इहनूं, इहने बस कल्ले डंगर सामणे ने ठीक है, दो चार मज्जां नूं होर लै के दिंदी पुत, ठीक है तू नहीं किते जाणा घरों बाहर। ठीक है मासी, ना किसे दी कदे गल सुननी। ठीक हां बारे तो तू जाने ही नहीं, बस आप दे घरे रहा काम ना। आपा दुध पाया करेंगे फिर पैसे आया करेंगे अपने। ठीक है हां ठीक है मासी। हां ठीक है ठीक है ठीक है मासी। खुश है मासी हम ता? हां मैं हुण खुश हां। चाह पी के देखो बाली स्वाद बनाउंदा। आय हाय चाह ता बाली स्वाद आ पुत्ता। सत श्री अकाल जी सारे नूं, उम्मीद करदे हां तुसीं सारे ठीक ठाक होवोगे। साडी अज दी इह वीडियो तुहानूं किवें लगी सानूं कमेंट करके जरूर दसना। साडी हर एक वीडियो नूं वध तों वध लाइक शेयर ते कमेंट जरूर करिया करो, सानूं इहदे नाल बहुत हौसला मिलदा। असीं हर वीडियो दे विच इक मैसेज दिंदे हां, इस वीडियो दे विच वी असीं इक छोटा जिहा मैसेज दित्ता साडी टीम ने, वी जिहड़ा कोई भोला बंदा हुंदा थोड़ा जिहा सिद्धा हुंदा परमात्मा कन्नियों, वी उहदा वी सानूं कोई वी नजायज़ फायदा नहीं चुकना चाहीदा, चाहे कम्मां कारां दे विच ला लो, चाहे उहनूं गलत गाइड कर देना जिवें कि उहनूं नशा चला लेना जां होर कम्मां वल प्रेरित करना, ते इस तरह भी नहीं करना चाहीदा क्योंकि परमात्मा उपर देखदा। इहो जिहे बंदे दा कोई भी सानूं फायदा नहीं चुकना चाहीदा, साडी टीम वल्लों इही मैसेज आ। ते बाकी तुसीं वीडियो दे विच कमेंट करके दस्सो, साडी जे कोई कमी होई तां जरूर दस्सिया करो तां कि असीं उह कमी नूं अपनी नूं सुधार सकीए। साडे चैनल नूं जरूर सबसक्राइब करना, साडे चैनल दा नाम आ मास्टर खुडी।